ਭਾਰਤ ਖੰਡ, ਸ਼੍ਰੀਲੰਕਾ, ਇਰਾਕ, ਇਰਾਨ ਅਰਬ ਦੇ ਦੇਸ਼ਾਂ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੇ ਰੂਹ ਕਾਇਨਾਤ ਨੂੰ ਉਤਾਰਨ ਦੇ ਲਈ ਚਰਨ ਪਾਏ ਹਨ। ਅਸੀਂ ਇਤਿਹਾਸ ਵਿੱਚ ਜ਼ਿਕਰ ਸੁਣਦੇ ਹਾਂ ਜਿਸ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਅਰਬ ਦੇਸ਼ ਦੇ ਵਿੱਚ ਪਹੁੰਚੇ ਹਨ ਮੱਕਾ ਜੀ। ਗੁਰੂ ਨਾਨਕ ਦੇਵ ਜੀ, ਨਾਨਕ ਜੀ ਉਹਨਾਂ ਦੇ ਭੈਣ, ਪਰ ਸਭ ਤੋਂ ਪਹਿਲਾਂ ਜਿਹੜੇ ਸਿੱਖ ਹੋਏ ਹਨ ਭਾਈ ਮਰਦਾਨਾ ਜੀ ਹੋਏ ਹਨ। ਕੌਣ ਹਨ? ਮੁਸਲਮਾਨ। ਫਿਰ ਨਾਲ ਉਹਨਾਂ ਦੇ ਇੱਕ ਹੋਰ ਸਿੱਖ ਹੋਏ ਹਨ ਕਿਰਪਾ ਕਰੋ ਜਗਤ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ, ਕਿਰਪਾ ਕਰੋ। ਇਥੋਂ ਤੱਕ ਜ਼ਿਕਰ ਆਉਂਦਾ ਹੈ ਜਿਹੜਾ ਸੂਦਰ ਧਰਮ ਸ਼ਾਸਤਰਾਂ ਦਾ ਪਾਠ ਪੜ੍ਹ ਲੈਂਦਾ ਸੀ। ਜਾਂ ਸਨਾਤਨ ਧਰਮ ਨੂੰ ਪੜ੍ਹਨ ਦਾ ਯਤਨ ਕਰੀਏ, ਸਾਨੂੰ ਪਤਾ ਲੱਗਦਾ ਬ੍ਰਾਹਮਣ ਕਰਨਾ ਤੇ ਕਰਾਉਣਾ, ਜਗ ਕਰਨੇ ਤੇ ਕਰਾਉਣੇ, ਇਹ ਬ੍ਰਾਹਮਣਾਂ ਦਾ ਕਰਮ ਹੁੰਦਾ। ਖੱਤਰੀਆਂ ਦਾ ਜਾਂ ਧਰਮ ਸੀ ਕੇਵਲ ਧਰਮ ਸ਼ਾਸਤਰਾਂ ਦੇ ਪਾਠਾਂ ਨੂੰ ਸਰਵਣ ਕਰਨਾ, ਅਸਲ ਕਰਮ ਸੀ ਉਹਨਾਂ ਦਾ ਕਿ ਧਰਮ ਦੀ ਰੱਖਿਆ ਕਰਨੀ। ਤੇ ਜਿਹੜੇ ਵੈਸ ਸਨ ਬ੍ਰਾਹਮਣ ਦੀ ਸੇਵਾ ਕਰਦੇ, ਜਿਹੜਾ ਸੂਦ ਸੀ ਉਸਦਾ ਕਰਮ ਸੀ ਮਜ਼ਦੂਰੀ ਆਦਿ ਕਰਨੀ, ਸਫਾਈਆਂ ਕਰਨੀਆਂ। ਕੋਈ ਤੁਕਾਰ ਦਾ ਕਾਰ ਕਰ ਗੁਰੂ ਨਾਨਕ ਜਾਗ ਮਾਹੀ ਕਥਾ, ਸ੍ਰੀ ਜਗਤ ਦੇ ਗੁਰ ਦੇ ਮਸ਼ਹੂਰ ਅੰਧਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸਭ ਤੋਂ ਪਹਿਲੇ ਜਿਹੜੇ ਸਿੱਖ ਹੋਏ ਹਨ ਭਾਈ ਮਰਦਾਨਾ। ਜਿਹੜਾ ਵਰਣ ਸੀ ਦੂਜੇ ਨੰਬਰ ਦਾ, ਜਿਹੜਾ ਵਰਣ ਸੀ ਖੱਤਰੀ ਵਰਣ, ਤੀਜੇ ਨੰਬਰ ਦਾ ਜਿਹੜਾ ਵਰਣ ਸੀ ਉਹ ਵੈਸ਼, ਤੇ ਚੌਥੇ ਜਿਹੜੇ ਨੰਬਰ ਦਾ ਵਰਣ ਸੀ ਸੂਦ। ਗੁਰੂ ਨਾਨਕ ਦੇਵ ਮਹਾਰਾਜ ਜੀ ਸੂਦ ਵੈਸ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋ ਵਰਨਾ ਕੋ ਸੰਗ ਕੀ, ਚਾਰੇ ਵਰਨਾ ਨੂੰ ਸਾਂਝਾ ਉਪਦੇਸ਼ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦਾਬ, ਅਸਲਾਮ ਵਾਲੇਕੁਮ। ਆਜ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਾ ਆਗਮਨ ਪੁਰਬ ਹੈ, ਜਨਮ ਦਿਨ ਜਿਸਕੋ ਕਹਿਤੇ ਹੈ, ਪ੍ਰਕਾਸ਼ ਦਿਵਸ ਸਾਰੇ ਜਗਤ ਮੇਂ ਮਨਾਇਆ ਜਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਰਾਏ ਭੋਇ ਕੀ ਤਲਵੰਡੀ, ਜੋ ਆਜ ਪਾਕਿਸਤਾਨ ਮੇਂ ਹੈ, ਜਿਸਕੋ ਨਨਕਾਣਾ ਸਾਹਿਬ ਕਹਿਤੇ ਹੈ, ਵਹਾਂ ਪਰ ਉਨਕਾ ਆਗਮਨ ਹੁਆ ਥਾ।
ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਿਸ ਵਕਤ ਉਨਸੇ ਪੁੱਛਿਆ ਗਿਆ ਕਿ ਆਪ ਹਿੰਦੂਓਂ ਕੇ ਘਰ ਮੇਂ ਪੈਦਾ ਹੋਏ ਹੈ, ਕਿ ਆਪ ਹਿੰਦੂਓਂ ਕੇ ਗੁਰੂ ਹੋਂਗੇ, ਕਿ ਆਪ ਮੁਸਲਮਾਨੋਂ ਕੇ ਗੁਰੂ ਹੋਂ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ, ਆਵਲੇ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਕਿ ਸਭ ਖੁਦਾ ਨੇ ਏਕ ਨੂਰ ਸੇ ਪੈਦਾ ਕੀਆ, ਹਰ ਜੋ ਜੋ ਖਲਕਤ ਹੈ ਏਕ ਨੂਰ ਸੇ ਪੈਦਾ ਕੀ, ਉਸਮੇ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ, ਸੋ ਮੈਂ ਨਾ ਹਿੰਦੂਓਂ ਕਾ ਗੁਰੂ ਹੂੰ ਨਾ ਮੁਸਲਮਾਨੋਂ ਕਾ, ਮੈਂ ਇਨਸਾਨੀਅਤ ਕਾ ਗੁਰੂ ਹੂੰ। ਮੇਰਾ ਕਾਮ ਹੈ ਇਨਸਾਨੀਅਤ ਕੋ ਸਾਰੀ ਦੁਨੀਆ ਮੇਂ ਬਾਂਟਨਾ, ਪਿਆਰ ਮੁਹੱਬਤ ਸੇ ਲੋਕ ਰਹੇ। ਜਿਸ ਵਕਤ ਗੁਰੂ ਨਾਨਕ ਦੇਵ ਜੀ ਜਿਸ ਕੋ ਆਜ ਭਾਰਤ ਕਹਤੇ ਹੈ, ਭਾਰਤ ਮੇਂ ਪੈਦਾ ਹੋਏ ਹੈ, ਉਸ ਵਕਤ ਸਾਰਾ ਹੀ ਭਾਰਤ ਖੰਡ ਹੀ ਥਾ। ਉਸ ਵਕਤ ਹਰ ਇੱਕ ਮਜ਼ਹਬ ਮੇਂ ਤਕਸੀਮ ਹੋ ਗਈ ਥੀ, ਹਿੰਦੂਓਂ ਕੇ ਚਾਰ ਵਰਨ ਬਣ ਚੁੱਕੇ ਥੇ, ਖੱਤਰੀ, ਬ੍ਰਾਹਮਣ, ਸ਼ੂਦ ਔਰ ਵੈਸ਼। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ, ਸੁਣੀ ਪਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਕਿ ਸਾਰੀ ਖਲਕਤ ਕੋ ਇਹ ਕਰਨੇ ਕੇ ਲੀਏ ਮੈਂ ਸੰਸਾਰ ਮੇਂ ਆਇਆ ਹੂੰ। ਸੋ ਜਿਸ ਵਕਤ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕੋ ਰਿਵਾਇਤੋਂ ਮੇਂ ਜ਼ਿਕਰ ਆਤਾ ਹੈ ਕਿ ਮੱਕਾ ਮੇਂ ਵੀ ਪਹੁੰਚੇ ਹੈ, ਕਾਬਾ ਸ਼ਰੀਫ ਮੇਂ, ਉਨਸੇ ਵਾਂ ਪੁੱਛਾ ਗਿਆ ਕਿ ਹਿੰਦੂ ਬੜਾ ਹੈ ਕਿ ਮੁਸਲਮਾਨ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵਾਂ ਪੇ ਵੀ ਕਿਹਾ ਹੈ, ਸ਼ੁਭ ਅਮਲਾ ਬਾਜੋ ਦੋਨੋ ਰੋਈ, ਜਿਸਕੇ ਅੱਛੇ ਅਮਲ ਅਮਾਲ ਹੋਂਗੇ ਦੁਨੀਆ ਮੇਂ, ਵੋ ਹੀ ਖੁਦਾ ਕੇ ਪਾਸ ਸਵੀਕਾਰ ਹੋਗਾ, ਵੋ ਹੀ ਪ੍ਰਵਾਨ ਹੋਗਾ। ਜਿਸਕੇ ਅੱਛੇ ਅਮਲ ਅਮਾਲ ਨਹੀਂ ਹੋਂਗੇ, ਵੋ ਹਿੰਦੂ ਹੋ, ਮੁਸਲਮਾਨ ਹੋ, ਸਿੱਖ ਹੋ, ਬੋਧੀ ਹੋ, ਜੈਨੀ ਹੋ, ਵੋ ਖੁਦਾ ਕੋ ਪ੍ਰਵਾਨ ਕਭੀ ਵੀ ਨਹੀਂ ਹੋਗਾ, ਸਵੀਕਾਰ ਖੁਦਾ ਕੋ ਕਭੀ ਨਹੀਂ ਹੋਗਾ। ਸੋ ਅੱਛੇ ਅਮਾਲ ਹੋਣੇ ਚਾਹੀਏ ਹਮਾਰੇ ਸਾਰੇ, ਹਮ ਭਾਈ ਹੈ। ਸਭਸੇ ਬੜਾ ਮਜ਼ਹਬ ਕੋਈ ਨਹੀਂ, ਸਭਸੇ ਬੜਾ ਮਜ਼ਹਬ ਹੈ ਜੋ ਦੁਨੀਆ ਮੇਂ ਉਹ ਇਨਸਾਨੀਅਤ, ਇਨਸਾਨੀਅਤ ਸੇ ਬੜਾ ਕੋਈ ਵੀ ਮਜ਼ਹਬ ਨਹੀਂ। ਹਮ ਸਿੱਖ ਬਣ ਜਾਏ, ਆਪ ਮੁਸਲਮਾਨ ਬਣ ਜਾਓ, ਕੋਈ ਹਿੰਦੂ ਬਣ ਜਾਏ, ਉਹ ਆਪਣੇ ਆਪ ਕੋ ਬੋਲੇ ਕਿ ਹਮ ਸਭਸੇ ਬੜੇ ਹੈ। ਸੋ ਇਨਸਾਨੀਅਤ ਸੇ ਬੜਾ ਕੋਈ ਵੀ ਨਹੀਂ ਹੈ ਸ ਜਗਤ ਮੇਂ। ਸੋ ਗੁਰੂ ਨਾਨਕ ਦੇਵ ਜੀ ਨੇ ਕਿਹਾ, ਇਨਸਾਨੀਅਤ ਸਭਸੇ ਬੜੀ ਹੈ। ਸੋ ਇਸ ਲਈ ਗੁਰੂ ਨਾਨਕ ਦੇਵ ਜੀ ਸਾਰੇ ਜਗਤ ਕੇ ਗੁਰੂ ਹੈ। ਇਸ ਸ਼ੁਭ ਅਵਸਰ ਪਰ ਹਮਾਰਾ ਇਹ ਮੈਸੇਜ ਹੈ ਕਿ ਸਾਰੇ ਹੀ ਆਪਣੇ ਜੋ ਹਮਾਰੇ ਲੋਕ, ਖਾਸ ਕਰਕੇ ਜੋ ਲੋਕ ਯਹਾਂ ਪੇ ਪਹੁੰਚੇ ਹੈ, ਹਮਾਰੇ ਇਸ ਪਾਵਨ ਅਵਸਰ ਪਰ ਸ਼ਮੂਲੀਅਤ ਕੀਆ ਜੋ ਲੋਕ, ਚਾਹੇ ਉਹ ਮੀਡੀਆ ਪਰਸਨਸ ਹੋ, ਚਾਹੇ ਹਮਾਰੇ ਮੈਡੀਕਲ ਸਟਾਫ ਹੋ, ਚਾਹੇ ਹਮਾਰੇ ਔਰ ਡਿਪਾਰਟਮੈਂਟਸ ਹੈ, ਜਾਂ ਜੋ ਹੈ, ਹਮਾਰਾ ਇਹ ਮੈਸੇਜ ਹੈ ਕਿ ਸਭ ਪਿਆਰ ਮੁਹੰਮਦ ਸੇ ਰਹੇ। ਹਮਾਰੇ ਪੈਗੰਬਰੋਂ ਕਾ ਇਹ ਮੈਸੇਜ ਹੈ, ਚਾਹੇ ਉਹ ਕਿਸੇ ਵੀ ਧਰਮ ਕਾ ਕੋਈ ਪੈਗੰਬਰ ਹੋ, ਉਸਨੇ ਇੱਕ ਹੀ ਮੈਸੇਜ ਦਿਆ ਹੈ ਕਿ ਇਨਸਾਨ ਕੋ ਇਨਸਾਨੀ ਸੇ ਰਹਿਣਾ ਚਾਹੀਏ ਦੁਨੀਆ ਮੇਂ ਆ ਕੇ। ਜੀ ਬਿਲਕੁਲ, ਆਪ ਦੇਖ ਹੀ ਰਹੇ ਹੈ ਹਮਾਰੇ ਗਰਾਊਂਡ ਮੇਂ ਮੈਡੀਕਲ ਕੈਂਪ ਲਗਾਇਆ ਗਿਆ, ਫਸਟ ਟਾਈਮ ਮੈਂ ਦੇਖ ਰਹਾ ਹੂੰ, ਫਸਟ ਟਾਈਮ ਇਨ ਮਾਈ ਲਾਈਫ ਮੈਡੀਕਲ ਕੈਂਪ ਲਗਾਇਆ ਗਿਆ। ਉਸਕੇ ਬਾਵਜੂਦ ਜੋ ਕੱਲ੍ਹ ਮਿਉਂਸੀਪਲ ਕਮੇਟੀ ਆਈ ਥੀ, ਉਹਨੇ ਸਫਾਈ ਕੀ ਯਹਾਂ ਪੇ, ਮਤਲਬ ਜਿੰਨਾ ਵੀ ਹਮਾਰਾ ਜੋ ਕੋਨਸਟੀਟਿਊਸ਼ਨ ਲੰਗੇਟ ਮੇਂ ਜੋ ਵੀ ਫੈਸਿਲਿਟੀਜ਼ ਹੈ, ਉਹ ਕੱਲ੍ਹ ਪਹਿਲੀ ਵਾਰ ਹਮੇਂ ਦੇਖਣੇ ਕੋ ਮਿਲੀ, ਔਰ ਹਮੇਂ ਅੱਛਾ ਲਗਾ ਕਿ ਵਾਕਈ ਹੀ ਐਡਮਿਨਿਸਟ੍ਰੇਸ਼ਨ ਆਜ ਪਹਿਲੀ ਵਾਰ ਕੰਮ ਕਰ ਰਹੀ ਹੈ। ਜੀ ਹਾਂ, ਮੈਂ ਪੂਰੀ ਆਪਣੀ ਪੂਰੀ ਲਾਈਫ ਮੇਂ ਫਸਟ ਟਾਈਮ ਮੈਂ ਰਿਹਾ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹਮਾਰੀ ਅੱਜ ਪਹਿਲੀ ਵਾਰ ਗੁਰਦੁਆਰਾ ਮੇਂ ਆਪ ਯਹਾਂ ਪੇ ਆ ਕੇ ਪੂਰਾ ਉਹਨਾਂ ਨੇ ਇੱਕ ਫਸਟ ਟਾਈਮ ਮੈਡੀਕਲ ਕੈਂਪ ਯਹਾਂ ਪੇ ਔਰਗਨਾਈਜ਼ ਕੀਆ, ਜੇ ਐਂਡ ਕੇ ਬੈਂਕ ਵਾਲੋਂ ਉਹਨਾਂ ਨੂੰ ਵੀ ਆਪਣੇ ਤਾਉਣ ਦਿਆ।
और आप देख ही रहे हैं यहाँ पर रोड की सफाई हुई कल म्यूनसिपलिटी की तरफ से, तो ये जिंदगी में आज मैंने पहली बार देखा ये, और ये आगे होना चाहिए। क्या मैसेज रहेगी आपकी तरफ से, क्योंकि आगे लोग ऐसे भी हैं जो धर्म के नाम पर इंसानों को बांटते हैं, इसके लिए क्या मैसेज रहेगी? जी बिल्कुल जी, धर्म नहीं सिखाता आपस में वैर रखना, हिंदी ये हम वतन है, हिंदुस्तान हमारा, तो हम इस कंट्री में रहते हैं, प्राउड होने से हम इंडिया में रह रहे हैं, बाकी जो पॉलिटिकल लोग हैं वो जिंदगी भर इंसानों को बांटते रहेंगे, पर जो मैसेज हमारे पैगंबरों के हैं अगर हम उस पर चलेंगे तो हम इंसानियत और बावस्ता इंसानियत प्यार से, आप देखो जिंदगी प्यार से जैसे कटती है इंसान की, तो आपको ये क्वेश्चन करने की जरूरत नहीं पड़ेगी अगर आप किसी अच्छी कंट्री में रहते होंगे। मैं ये नहीं कह रहा कि हम इंडिया में रह रहे हैं, हम यहाँ पे कुछ गलत लोगों में रह रहे हैं, पर ये कह रहा हूँ कि ये क्वेश्चन आपको तब करना पड़ रहा है कि क्योंकि हमें ऐसे हालात फेस करने पड़ रहे हैं। बाकी पैगंबर जो आज हमारा दिन है, शुभ अवसर गुरु नानक देव जी का बर्थडे है, आज के दिन ही 1469 की ईस्वी में पाकिस्तान की, जो आज पाकिस्तान में है ननकाना साहिब, उस धरती पे गुरु नानक देव जी महाराज ने प्रकाश लिया, तो उन बचपन से ही वो अपने जो है रूहानी में अपनी रूहानियत में जुड़े थे, पूरे एशिया का भ्रमण किया उन्होंने, पूरे मिडिल ईस्ट का भ्रमण किया, रशिया में आप देखें वहाँ पर भी वो गए, और हर जगह उनका यही मैसेज था कि जो लोग करते से टूर मतलब किर्त से टूर के करते से जुड़ गए थे, तो ये मैसेज था कि हर एक इंसान को मुसलमान को पक्का मुसलमान चाहिए, हिंदू को पक्का हिंदू होना चाहिए, और एक ईसाई को पक्का ईसाई होना चाहिए, एक सिख को